ਅੱਜ ਸਵੇਰੇ ਸਵੇਰੇ ਬਦਮਾਸ਼ਾਂ ਦੇ ਵੱਲੋਂ ਇੱਕ ਵਕੀਲ ਦੇ ਉੱਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਨੇ। ਜਾਣਕਾਰੀ ਅਨੁਸਾਰ ਜਦੋਂ ਵਕੀਲ ਆਪਣੀ ਪਤਨੀ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਮੱਥਾ ਟੇਕ ਕੇ ਮੰਦਿਰ ਤੋਂ ਵਾਪਸ ਆਪਣੇ ਹੋਟਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ। ਸਕੂਟੀ ਦੇ ਉੱਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਦੇ ਵੱਲੋਂ ਗੱਡੀ ਦੇ ਉੱਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਵਕੀਲ ਅਤੇ ਉਸਦੀ ਪਤਨੀ ਦੇ ਵੱਲੋਂ ਗੱਡੀ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਈ ਜਾਂਦੀ ਹੈ ਅਤੇ ਸਾਰੀਆਂ ਹੀ ਗੋਲੀਆਂ ਕਿਹਾ ਜਾ ਰਿਹਾ ਕਿ ਗੱਡੀ ਦੇ ਉੱਪਰ ਲੱਗੀਆਂ ਨੇ, ਜਿਸ ਦੇ ਕਾਰਨ ਉਹਨਾਂ ਦਾ ਵੱਡਾ ਬਚਾਅ ਹੋਇਆ ਅਤੇ ਦੂਜੇ ਪਾਸੇ ਹੁਣ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ, ਚੱਪੇ ਚੱਪੇ ਦੇ ਉੱਤੇ ਪੁਲਿਸ ਤੈਨਾਤ ਹੈ, ਪਰ ਬਾਵਜੂਦ ਇਸ ਦੇ ਇੰਨੀ ਵੱਡੀ ਘਟਨਾ ਦਾ ਵਾਪਰ ਜਾਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਵਕੀਲ ਜਦੋਂ ਮੰਦਿਰ ਤੋਂ ਆਪਣੇ ਹੋਟਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਦੇ ਉੱਤੇ ਘੇਰ ਕੇ ਹਮਲਾ ਕੀਤਾ ਜਾਂਦਾ ਹੈ, ਅੰਨੇਵਾਹ ਫਾਇਰਿੰਗ ਕਰ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਵਕੀਲ ਦਾ ਵੱਡਾ ਬਚਾਅ ਹੋਇਆ, ਵਾਲ ਵਾਲ ਉਸਦੀ ਜਾਨ ਬਚੀ ਹੈ। ਅਤੇ ਦੂਜੇ ਪਾਸੇ ਹੁਣ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਆਲੇ ਦੁਆਲੇ ਲੱਗੇ CCTV ਫੁਟੇਜ ਵੀ ਖੰਗਾਲ ਰਹੀ ਹੈ ਕਿ ਆਖਿਰ ਹਮਲਾਵਰ ਹੈ ਕੌਣ ਸਨ। ਦੂਜੇ ਪਾਸੇ ਜੋ ਵਕੀਲ ਹੈ ਉਸਦਾ ਕਹਿਣਾ ਹੈ ਕਿ ਉਸਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ, ਪਰ ਬਾਵਜੂਦ ਉਸਦੇ ਉੱਤੇ ਹਮਲਾ ਹੋਇਆ ਤਾਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਨੇ, ਜਿਸ ਦੇ ਵਿੱਚ ਇੱਕ ਵਕੀਲ ਦੀ ਵਾਲ ਵਾਲ ਜਾਨ ਬਚੀ ਹੈ। 7:30 ਦਾ ਟਾਈਮ ਸੀ ਜਦੋਂ ਮੈਂ ਆਪਣੇ ਘਰੋਂ ਰੂਟੀਨ ਦੇ ਮੁਤਾਬਕ ਮੰਦਿਰ ਲਈ ਨਿਕਲਿਆ। ਪਹਿਲੇ ਮੈਂ ਗੋਪਾਲ ਮੰਦਿਰ ਗਿਆ, ਮੱਥਾ ਟੇਕਿਆ। ਐਜ਼ ਯੂਜੁਅਲ ਮੈਂ ਰੋਜ਼ ਆਪਣੇ ਹੋਟਲ 'ਤੇ ਆ ਕੇ ਜੋਤ ਜਗਾਉਂਦਾ। ਜੋਤ ਜਗਾ ਕੇ ਮੈਂ ਜਦੋਂ ਇਹ ਗਲੀ 'ਚ ਐਂਟਰ ਕੀਤਾ ਅਤੇ ਸਕੂਲ ਦੇ ਕੋਲ ਆਇਆ ਅਤੇ ਅੱਗੇ ਆ ਕੇ ਮੈਨੂੰ ਰੋਕ ਲਿਆ ਗਿਆ। ਇੱਥੇ ਰੋਕਿਆ ਨਹੀਂ ਗਿਆ, ਮੈਂ ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਾ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਹੀ ਉਹ ਲਗਾ ਲਈ ਹੈ ਅਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ। ਮੈਂ ਅਤੇ ਮੇਰੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਹੈ। ਸਰ ਕੋਈ ਪਛਾਣ 'ਚ ਆਇਆ ਬੰਦਾ? ਨਹੀਂ, ਸਰਦਾਰ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ, ਮੈਂ ਕਾਲੇ ਰੰਗ ਦੀ ਉਹਨਾਂ ਨੇ ਪਾ ਕੇ ਬੰਨੀ ਸੀ। ਕਿਸੇ ਦੇ ਸ਼ੱਕ ਹੋਵੇ ਤੁਹਾਨੂੰ? ਉਹਨਾਂ ਮੈਂ ਮੈਟਰ ਆਫ ਇਨਵੈਸਟੀਗੇਸ਼ਨ ਆ ਜੀ, ਮੈਂ ਕਿਸੇ ਦੇ ਸ਼ੱਕ ਕਰਾਂ? ਇੱਦਾਂ ਦੇ ਮੇਰੇ ਵਾਸਤੇ ਤਾਂ ਸਾਰੇ ਚੋਰ ਆ ਜੀ। ਟੋਟਲ ਕਿੰਨੇ ਬੰਦੇ ਹੈਗੇ ਜਿਹੜੇ ਮੇਰੇ ਅੱਗੇ ਆਏ ਆ? ਉਹ ਦੋ ਹੀ। ਇਸ ਤੋਂ ਇਲਾਵਾ ਹੋਰ ਬੈਕਅਪ ਕਿੰਨਾ ਜਾਂ ਸਾਈਡ 'ਤੇ ਕਿੰਨੇ ਆ ਉਹ ਮੈਨੂੰ ਨਹੀਂ ਪਤਾ ਹੈਗਾ। ਸਰ ਮੌਕੇ 'ਤੇ ਪੁਲਿਸ ਪਹੁੰਚ ਗਈ? ਹਾਂਜੀ ਹਾਂਜੀ, ਪੁਲਿਸ ਪਹੁੰਚੀ ਹੋਈ ਜੀ। ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ, ਆਹ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਹੈ ਤੁਹਾਡੇ ਸਾਹਮਣੇ ਹੀ ਹੈ। ਆਪਣੀ ਵਾਈਫ ਦੇ ਨਾਲ ਉਹ ਮੰਦਿਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਰਸਤੇ 'ਚ ਫਾਇਰਿੰਗ ਹੋਈ ਹੈ। ਉਹ ਮੰਦਿਰ ਜਿਹੜਾ ਮੱਥਾ ਟੇਕਿਆ ਉਹ ਹੀ ਵਧੀਆ ਹੋ ਗਿਆ, ਇਹਨਾਂ ਦਾ ਬਚਾਅ ਹੋ ਗਿਆ। ਹੁਣ ਮੈਟਰ ਇਨਫੋਰਮ ਕੀਤਾ, ਸਾਨੂੰ ਮੈਸੇਜ ਪਹੁੰਚਿਆ ਸੀ, ਅਸੀਂ ਸਾਰੀ ਬੋਡੀ ਇੱਥੇ ਆਏ ਹਾਂ। ਲੈਟ ਦਾ ਪੁਲਿਸ ਡੂ ਦਾ ਜੋਬ, ਪੁਲਿਸ ਆਪਣਾ ਰੋਲ ਅਦਾ ਕਰੇ, ਕਲਪਰੇਟਸ ਹੈ ਜਿਹੜਾ ਉਹਨਾਂ ਨੂੰ ਫੜੇ, ਉਹਦੇ ਤੋਂ ਬਾਅਦ ਹੀ ਆਪਾਂ ਕੁਛ ਕਹਿ ਸਕਦੇ। ਬੰਦੇ ਕਿਹੜੇ ਸੀ, ਕੋਈ ਪਤਾ ਲੱਗਿਆ? ਭਾਜੀ ਜੇ ਬੰਦੇ ਪਤਾ ਹੁੰਦੇ ਤਾਂ ਫਿਰ ਅਸੀਂ ਆਪ ਹੀ ਨਾ ਫੜ ਲੈਂਦੇ। CCTV ਕੈਮਰਾ ਤਾਂ ਲੱਗੇ ਹੈ ਜੀ। ਸਰ ਪੁਲਿਸ ਪਹੁੰਚ ਗਈ? ਹਾਂਜੀ, ਮੌਕੇ 'ਤੇ ਪੁਲਿਸ ਪਹੁੰਚੀ। ਵਿਨੀਤ ਜੀ ਦਾ ਮੈਨੂੰ ਫੋਨ ਆਇਆ, ਅਸੀਂ ਇੱਥੇ ਆਏ ਹਾਂ ਔਰ ਆ ਕੇ ਦੇਖਿਆ, ਸਾਹਮਣੇ ਹੀ ਹੈ ਸਭ ਕੁਛ। ਇੰਨੀ ਲੋਲੈਸਨੈਸ ਜਿਹਦੇ ਤਹਿਤ ਵੇਖੋ ਇਹਨਾਂ ਦੀ ਜਾਨ ਬਚੀ। ਇਹਨਾਂ ਦੀ ਵਾਈਫ ਸੀਗੀ, ਮੇਰੇ ਕੋਲ 4-5 ਰਾਊਂਡ ਹੋਏ ਜੀ, ਹਵਾਈ ਫਾਇਰ ਨਹੀਂ ਕੀਤੇ ਜੀ, ਸਿੱਧੀਆਂ ਮਾਰੀਆਂ। ਕਿੰਨੇ ਜਾਣੇ ਸੀ? 2 ਜਣੇ ਸੀ ਜੋ ਹਜੇ ਵਨੀਤ ਜੀ ਦਾ। ਇਹ ਤਾਂ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ ਉਦੋਂ ਪਤਾ ਚੱਲੇਗਾ ਕਿ ਕਿੰਨੇ ਬੈਕਅਪ ਦੇ ਉੱਤੇ ਸੀਗੇ, ਕਿੰਨੇ ਕੀ ਸੀਗੇ। ਕਿਹਦੇ ਉੱਤੇ ਗਏ ਸੀ ਸਵਾਰੀ, ਕਿਹੜੀ ਸੀ ਉਹਨਾਂ ਕੋਲ? ਐਕਟਿਵਾ ਸੀ, ਐਕਟਿਵਾ। ਵਨੀਤ ਮਹਾਜਨ ਜੀ ਹੈਗੇ ਆ, ਇੱਕ ਐਡਵੋਕੇਟ ਆ। ਇਹ ਆਪਣੇ ਵਾਈਫ ਦੇ ਨਾਲ ਆ ਰਹੇ ਸੀਗੇ ਅਤੇ ਇਹ ਪਹਿਲਾਂ ਗੋਪਾਲ ਮੰਦਿਰ ਗਏ, ਉਸ ਤੋਂ ਬਾਅਦ ਵਾਪਸ ਆਪਣੇ ਆਸ਼ੀਰਵਾਦ ਹੋਟਲ ਆ। ਉੱਥੋਂ ਆਉਂਦੇ ਬਾਅਦ ਦੋ ਲੜਕੇ ਸੀਗੇ, ਕੋਈ ਸਰਦਾਰ ਐਕਟਿਵਾ ਦੇ ਉੱਤੇ,
ਉਹਨਾਂ ਨੇ ਅੱਗੇ ਰੋਕ ਕੇ ਫਾਇਰ ਕੀਤਾ ਅਤੇ ਇਹਨੇ ਜਾਨ ਮਾਲ ਦਾ, ਚਲੋ ਜਾਨ ਦਾ ਖਤਰਾ ਜਿਹੜਾ ਉਹ ਤਾਂ ਠੀਕ ਹੈ, ਮਤਲਬ ਗਨ ਸ਼ੋਟ ਨਹੀਂ ਹੋਇਆ, ਇਹਨਾਂ ਨੂੰ ਕੋਈ ਲੱਗੀ, ਗੋਲੀ ਨਹੀਂ ਲੱਗੀ, ਇਹਨਾਂ ਤਿੰਨ ਚਾਰ ਗੋਲੀਆਂ ਹੈਗੀਆਂ। ਸਰ ਖੋਲ ਕਿੰਨੇ ਕੁ ਬਰਾਮਦ ਹੋਏ? ਚਾਰ ਚਾਰ ਖੋਲ ਬਰਾਮਦ। ਗੱਡੀ 'ਤੇ ਕਿੰਨੀਆਂ ਕੁ ਗੋਲੀਆਂ ਲੱਗੀਆਂ? ਤਿੰਨ ਗੋਲੀਆਂ ਲੱਗੀਆਂ ਹੋਈਆਂ, ਇੱਕ ਨੰਬਰ ਪਲੇਟ 'ਤੇ, ਮਤਲਬ ਚਾਰ ਹੀ ਹੈਗੇ। ਉਹ ਕੈਮਰਾ ਹੁਣ ਸੀ ਸੀ ਟੀ ਵੀ ਦੇਖ ਰਿਹਾ ਸੀ, ਐਕਟਿਵਾ 'ਤੇ ਸੀਗੇ, ਕਿੰਨੇ ਮੁੰਡੇ ਸੀ? ਦੋ ਜਣੇ ਸੀਗੇ।